ਲਓ ਵੀ ਮਿੱਤਰੋ, ਮੇਰੇ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਆਪਾਂ ਇਹ ਆਪਣਾ ਅੱਜ ਦਾ ਵਲੋਗ, ਅਤੇ ਅੱਜ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਕੀ ਕਰਦੇ ਆਪਾਂ। ਆਪਾਂ ਅੱਜ ਛਿੰਝ ਛੇੜਦੇ ਹਾਂ, ਕੋਈ ਨਾ ਕੋਈ ਛਿੰਝ ਤਾਂ ਛੇੜਦੇ ਹੀ ਰਹਿੰਦੇ ਆਪਾਂ, ਤੁਹਾਨੂੰ ਪਤਾ ਹੀ ਆ। ਅੱਜ ਆਪਾਂ ਕਾਰ ਦੀ ਛਿੰਝ ਛੇੜਦੇ ਹਾਂ, ਇਹਨੂੰ ਸਫਾਈ ਸਫੂਈ ਕਰਦੇ ਹਾਂ, ਵਿੱਚੋਂ ਵਹਿੰਦੇ ਹਾਂ ਰਿਸੀਟ ਸੂਟਾਂ ਜਿਹੀਆਂ ਖੋਲ੍ਹ ਕੇ। ਕੀ ਹੁੰਦਾ ਜਗਾੜ, ਪਹਿਲਾਂ ਤਾਂ ਆਪਣਾ ਝੋਟਾ ਵੇਖੋ, ਕਰੋ ਲੁੱਕ ਚੈੱਕ। ਇਹਨੂੰ ਆਪਾਂ ਠਾਲ ਦੇਣਾ ਪਰਲੇ ਪਾਸੇ ਉੱਧਰ, ਅਤੇ ਇੱਧਰ ਆਪਾਂ ਕਾਰ ਦਾ ਹੀ ਕਰਨਾ ਕੰਮ ਸ਼ੁਰੂ, ਇੰਨਾ ਏਰੀਆ ਆਪਣਾ ਵਿਹਲਾ ਹੋ ਜੂਗਾ। ਅਤੇ ਆਪਣਾ ਛੋਟਾ ਖੇਤ ਆ ਬਈ, ਬੋਰ ਹੋ ਕਰੀ ਜਾਂਦੇ ਹਾਂ, ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਬਲੌਗ 'ਚ ਚਾਹ ਫੜਾਉਣਗੇ ਜਦੋਂ। ਅਤੇ ਛੱਤਰੀ ਉਹਦੀ ਲਾਹ ਦੀ ਸੀਗੀ, ਬੋਰ ਵਾਲੀ ਮਸ਼ੀਨ ਪਾਈ ਸੀ, ਤਾਂ ਕਰਕੇ ਨਾਲ ਲੱਗਦੀ ਸੀ, ਇਹਦੇ ਮਗਰ ਤਾਂ ਪੈਂਦੀ ਨਹੀਂ ਸੀ ਬਈ, ਉਹਦੇ ਮਗਰ ਪਾਈ ਸੀ। ਅਤੇ ਦਿਖਾਉਂਦੇ ਹਾਂ ਤੁਹਾਨੂੰ ਅੱਗੇ, ਆਪਾਂ ਕਰਦੇ ਹਾਂ ਲੋਟ ਆਪਾਂ ਨੂੰ। ਬਹੁਤ ਲਿਬੜੀ ਪਈ ਹੈ ਬਈ, ਜਮਾਂ ਸੱਤਿਆਨਾਸ਼ ਵੱਜਿਆ ਪਿਆ ਕਾਰ ਦਾ ਵਿੱਚੋਂ। ਜਿਵੇਂ ਆਹ ਚੀਜ਼ ਕਰੋ ਚੈੱਕ, ਆਹ ਸੀਟ ਸੂਟ ਖੋਲ੍ਹ ਕੇ ਨਾ ਥੱਲੋਂ ਪੂਰੀ ਸਫਾਈ ਕਰਨੀ ਹੈ ਆਪਾਂ, ਪੋਲਿਸ਼ ਪੂਲਿਸ਼ ਮਾਰਾਂਗੇ ਵਿੱਚ। ਦੇਖੀ ਚਲੋ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਕੀ ਕਰਦੇ ਹਾਂ ਆਪਾਂ। ਆਹ ਤਾਂ ਲਾਈਟਾਂ ਲੂਟਾਂ ਬਦਲਾ ਦਾਂਗੇ ਇਹਦੀਆਂ। ਅਤੇ ਆਪਾਂ ਦੱਸਿਓ ਮੈਨੂੰ, ਆਪਾਂ ਇਹਦੇ ਰਿਮ ਕਵਰ ਲਾ ਕੇ ਬਲੈਕ ਕਰ ਦੇਗੇ, ਬਲੈਕ ਘੈਂਟ ਲੱਗਣਗੇ। ਹੁਣ ਆਪਾਂ ਇਹਦੇ 'ਤੇ ਮੋਡੀਫਿਕੇਸ਼ਨ ਸ਼ੁਰੂ ਕਰਾਂਗੇ ਆਪਣੀ ਰਾਣੀ 'ਤੇ। ਹੁਣ ਤਾਂ ਵਧੀਆ ਪਈ ਆਪਣੀ ਕਾਰ ਬਈ, ਇਹ ਹੈਗੀ ਆ 11 ਮਾਡਲ, ਪਾਵਰ ਸਟੇਅਰਿੰਗ ਸਾਰਾ ਕੁਛ। ਝੂਟਾ ਹੈਗਾ ਆਪਣਾ 13 ਮਾਡਲ। ਲੈ ਵੀ ਮਿੱਤਰੋ, ਇਹ ਆਪਾਂ ਕੇਰਾ ਟੈਂਪਰੇਰੀ ਧੋਤਾ ਸੀਗਾ, ਰਿਮ ਰੁਮ ਜਿਹੇ ਧੋਤੇ ਸੀ, ਇੱਥੇ ਆਪਾਂ ਲਾਵਾਂਗੇ ਕਿਸੇ ਦਿਨ ਹੋਰ ਦਿਨ ਰੀਝ। ਅੱਜ ਲਾਉਂਦੇ ਹਾਂ ਕਾਰ 'ਤੇ ਰੀਝ ਆਪਾਂ ਫੁੱਲ, ਅਤੇ ਇਹਦੇ 'ਤੇ ਕਿਸੇ ਹੋਰ ਦਿਨ ਲਾਵਾਂਗੇ। ਇਹਨੂੰ ਆਏ ਆਪਾਂ ਬਲੈਕ ਬਲੈਕ ਕੱਢ ਦੇਣਾ ਜਮਾਂ, ਫਿਰ ਚੱਕ ਤੁਸੀਂ ਬਾਅਦ 'ਚ ਲੁੱਕ ਝੋਟੇ ਦੀ ਆਪਣੇ ਦੀ, ਆਹ ਗਾਰਾ ਗੂਰਾ ਲਾ ਦਾਂਗੇ ਸਾਰਾ, ਐਂ ਬਲੈਕ ਬਲੈਕ ਕੱਢ ਦੇਣਾ। ਕਰੋ ਚੱਕ, 13 ਮਾਡਲ ਆ ਬਈ, ਲੱਗਦਾ 13 ਮਾਡਲ, ਐਂ ਲੱਗਦਾ ਜਿਵੇਂ 20 ਮਾਡਲ ਖੜ੍ਹਾ ਹੁੰਦਾ ਝੋਟਾ ਆਪਣਾ। ਆਪਣਾ ਜਾਣ ਤੋਂ ਹੀ ਪਿਆਰਾ। ਚਲੋ ਮਿੱਤਰੋ ਦਿਖਾਉਂਦੇ ਤੈਨੂੰ ਅੱਗੇ। ਲਾ ਵੀ ਮਿੱਤਰੋ, ਸਟਾਰਟਿੰਗ ਚੈੱਕ ਕਰੋ ਆਪਣੇ ਝੋਟੇ ਦੀ, ਛੱਲੇ ਆਪਾਂ ਇਹਨੂੰ ਲਾ ਦੇਣਾ ਵਾ ਕਿਰਾਏ ਦੇ ਮਗਰ। ਆਪਣਾ ਏਰੀਆ ਵਿਹਲਾ ਹੋ ਜੂਗਾ ਸਾਰਾ, ਇੱਥੇ ਆਪਾਂ ਕਾਰ ਨੂੰ ਖੋਲ੍ਹਦੇ ਹਾਂ, ਵਹਿੰਦੇ ਹਾਂ ਆਪਾਂ ਸਾਰਾ ਕੁਛ ਘਰ ਕਰਾਂਗੇ, ਇਹਦਾ ਅੱਜ ਸਾਫ਼ ਸਫਾਈ ਕਰਾਂਗੇ ਵਿੱਚੋਂ, ਬਾਹਲੀ ਖਰਾਬ ਜੀ ਹੋਈ ਪਈ ਸੀ। ਚਲੋ ਦਿਖਾਉਂਦੇ ਹਾਂ ਤੁਹਾਨੂੰ। ਲਾ ਵੀ ਮਿੱਤਰੋ, ਝੋਟਾ ਠਲਤਾ ਆਪਾਂ ਇੱਧਰ, ਹੁਣ ਆਪਣਾ ਏਰੀਆ ਵਿਹਲਾ ਆ ਗਿਆ। ਜਨਰੇਟਰ ਵੀ ਥੋੜ੍ਹਾ ਜਿਹਾ ਗਲਤ ਲਾ ਤਾ ਆਪਾਂ, ਅਤੇ ਉੱਦਣ ਕਾਹਲੀ ਕਾਹਲੀ 'ਚ, ਅਤੇ ਆਹ ਏਰੀਆ ਵਿਹਲਾ ਗਿਆ, ਕਾਰਨ ਲਾਉਂਦੇ ਆਪਾਂ ਇੱਥੇ, ਇੱਥੇ ਖੋਲ੍ਹਦੇ ਹਾਂ ਆਪਾਂ ਦਾ ਸਮਾਨ ਸਮੂਨ, ਵਹਿੰਦੇ ਆਪਾਂ ਕੀ ਕਰਦੇ ਹਾਂ ਅੱਜ। ਅਤੇ ਸਮਾਨ ਗੱਟੇ ਗੁੱਟੇ ਜਿਹੇ ਵੀ ਪਏ ਆ, ਉਹ ਵੀ ਲਾਉਣੇ ਆ, ਸੀਟ ਥੱਲੇ ਸਿੱਟੀ ਸੀ, ਕਰੋ ਚੱਕ। ਬਾਹਲਾ ਬਈ ਹੋਰ ਹੀ ਹੋਈ ਪਈ ਹੈ ਕਾਰ ਵਿੱਚੋਂ, ਖੋਲ੍ਹ ਕੇ ਤੈਨੂੰ ਕਰਦੇ ਹਾਂ ਓਕੇ ਰਿਪੋਰਟਾਂ ਇਹਦੀਆਂ। ਲਾ ਵੀ ਮਿੱਤਰੋ, ਕਰਤਾ ਕੰਮ ਸ਼ੁਰੂ, ਆਪਾਂ ਵੇਖੋ ਕਿੰਨੀ ਗੰਦਗੀ ਥੱਲੇ, ਇਹਦੇ ਉੱਤੇ ਮੈਟ ਜਿਹਾ ਵਿਛਾਇਆ ਹੋਇਆ ਸੀਗਾ, ਅਤੇ ਥੱਲੇ ਆ ਸਟੂਪਣੀ ਸਟੂਪਣੀ ਦੀ ਮਿੱਟੀ ਭਰੀ ਪਈ ਆ, ਹੁਣ ਇਹਨੂੰ ਸਾਫ਼ ਕਰਦੇ ਹਾਂ। ਸੀਟਾਂ ਸੂਟਾਂ ਤਾਂ ਆਪਣੀਆਂ ਸਾਫ਼ ਹੀ ਸੀ, ਅਤੇ ਆਹ ਵੇਖੋ ਇੱਥੇ ਆਹ ਸਾਰਾ ਆ ਲਾਵਾਂਗੇ, ਇਹਦਾ ਮਸ਼ੀਨ ਦੇ ਸਮਾਨ ਕਰਕੇ ਐਂ ਹੋ ਗਈ ਇਹ, ਕਹਿੰਦਾ ਵੇਖੋ ਚਮਕਾ ਦੇਣੀ ਆਪਾਂ। ਲਾ ਵੀ ਮਿੱਤਰ, ਅਗਲੀਆਂ ਸੀਟਾਂ ਵੀ ਖੋਲ੍ਹਤੀਆਂ ਆਪਣੀਆਂ, ਉਹ ਪਈਆਂ ਕਰੋ ਚੈੱਕ ਕਿੰਨਾ ਗੰਦ ਵਿੱਚ। ਇਹਦੇ ਨਾਲ ਬਈ ਪਾਣੀ ਵੜ ਗਿਆ ਸੀਗਾ, ਮਗਰ ਇਹ ਜਦੋਂ ਹੜ੍ਹ ਜਿਹੇ ਆਏ ਸੀ ਉਦੋਂ ਲੈ ਗਏ ਸੀਗੇ, ਉਦੋਂ ਰੇਤਾ ਹੀ ਰੇਤਾ ਹੋ ਗਿਆ ਇਹ 'ਚ ਥੱਲੋਂ। ਇਹਨੂੰ ਨਾ ਕਵਰ ਕਵਰ 'ਚ ਲਾਵਾਂਗੇ,
ਆਹਾ ਜਗਾੜ ਤੇ ਉਤਲਾ ਆਹਾ ਲਾ ਕੇ ਉਹ ਧੋਵਾਂਗੇ ਬਾਹਰ ਕੱਢ ਕੇ ਤੇ ਦਿਖਾਉਂਦੇ ਤੁਹਾਨੂੰ ਅੱਗੇ ਲਾ ਵੀ ਮਿੱਤਰੋ ਅੰਦਰੋਂ ਤਾਂ ਆਪਾਂ ਕਰਤੀ ਖਾਲੀ ਇਹ ਆਪਾਂ ਧੋਵਾਂਗੇ ਕੱਲ੍ਹ ਨੂੰ ਊਂ ਰੰਗ ਪੇਂਟ ਤਾਂ ਬਚਤਾ ਅੱਗੇ ਨਹੀਂ ਤਾਂ ਕਈਆਂ ਅੱਗੇ ਵੀ ਅਸੀਂ ਪਹਿਲਾਂ ਲਈ ਖੋਲ੍ਹੀ ਸੀਗੀ ਕਾਰ ਜੀ ਉਹਦਾ ਸਾਰੀ ਜੰਗਾਲੀ ਸੀ ਇਹ ਤਾਂ ਚੰਗੀ ਆ ਹਜੇ ਵਧੀਆ ਪਈ ਆ ਰੇਤਾ ਹੀ ਆ ਬਸ ਕੱਲ੍ਹਾ ਇਹ ਕੱਲ੍ਹ ਨੂੰ ਧੋ ਦਾਂਗੇ ਵਿੱਚੋਂ ਇਹ ਹੁਣ ਤਾਂ ਕੋਈ ਡਰ ਨਹੀਂ ਗਾ ਪਾਣੀ ਦਾ ਇਹ ਤੋਂ ਬਚਾ ਲਾਂਗੇ ਮਾੜਾ ਜਿਹਾ ਅਤੇ ਆ ਟਾਪੇ ਟੂਪੇ ਜੇ ਵੀ ਲਾਵਾਂਗੇ ਬਈ ਇਹਦੇ ਦਿਖਾਵਾਂਗੇ ਤੁਹਾਨੂੰ ਪੂਰੀ ਓਕੇ ਰਿਪੋਰਟਾਂ ਕਰ ਦੇਣੀਆਂ ਸੀਟਾਂ ਸੂਟਾਂ ਵਾਸ਼ ਕਰਤੀਆਂ ਆਪਾਂ ਕਰੋ ਚੈੱਕ ਕਰੋ ਚੈੱਕ ਵਾਸ਼ ਕਰਤਾ ਜਿਹੜਾ ਆਪਣਾ ਥੱਲੜਾ ਪਾਰਟ ਸੀ ਉਹ ਵੀ ਵਾਸ਼ ਕਰਤਾ ਜਮਾਂ ਨਿਕਲਿਆ ਨਵਾਂ ਨਵਾਂ ਨਵੀਂ ਬਣ ਜੂ ਆਪਣੀ ਕਾਰ ਦਿਖਾਵਾਂਗੇ ਤੁਹਾਨੂੰ ਸੀਟ ਕਵਰ ਆਪਾਂ ਨਵੇਂ ਪਾਵਾ ਦਾਂਗੇ ਇਹਦੇ ਹੋਰ ਵੀ ਮਾੜੇ ਮੋਟੇ ਕੰਮ ਸ਼ਹਿਰੋਂ ਕਰਾਉਣ ਵਾਲੇ ਸਲੈਂਸਰ ਬਦਲਾਉਣ ਵਾਲਾ ਖੜਕਾ ਕਰਦੀ ਹੈ ਇਹ ਉਹ ਵੀ ਕਰਾਵਾਂਗੇ ਕੋਈ ਨਹੀਂ ਪੋਲਿਸ਼ ਪੂਲਿਸ਼ ਮਾਰਾਂਗੇ ਇੱਕ ਆਪਣੇ ਕੋਲ ਆਹ ਪੋਲਿਸ਼ ਪਈ ਸੀ ਇਹ ਤਾਂ ਖਤਮ ਹੋ ਗਈ ਹੁਣ ਨਵੀਂ ਮੰਗਾਵਾਂਗੇ ਆਪਾਂ ਹੋਰ ਲਿਆਵਾਂਗੇ ਕਰਾਵਾਂਗੇ ਚੈੱਕ ਤੁਹਾਨੂੰ ਲਾਈਟਾਂ ਲੂਟਾਂ ਹੀ ਬਦਲਾ ਦੇਣੀਆਂ ਨਵੀਂ ਆਪਾਂ ਭੈਂਟ ਬਣਾ ਦੇਣੀ ਆ ਪੂਰੀ ਕਾਰ ਫਿਰ ਤੈਨੂੰ ਦਿਖਾਵਾਂਗੇ ਇੱਧਰੋਂ ਤੁਹਾਨੂੰ ਵਧੀਆ ਪਈ ਆ ਅਤੇ ਆਹ ਥੱਲੋਂ ਹੀ ਥੋੜ੍ਹਾ ਜਿਹਾ ਖਰਾਬ ਸੀ ਕੰਮ ਉਹ ਆਪਾਂ ਕਰਤਾ ਉਹ ਸਾਈਡਾਂ ਵਾਲੇ ਪੱਲੇ ਪੁੱਲੇ ਜੀ ਵੀ ਲਾਹ ਲਏ ਸੀ ਆਪਾਂ ਸਾਰਾ ਕੁਛ ਚਲੋ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਕੱਲ੍ਹ ਨੂੰ ਆਪਾਂ ਗੱਡੀ ਧੋਵਾਂਗੇ ਅਤੇ ਕੱਲ੍ਹ ਨੂੰ ਫਿਰ ਅਸੀਂ ਫਿਟਿੰਗ ਵੀ ਕਰਾਂਗੇ ਇੱਥੇ ਪਏ ਰਹਿਣਗੇ ਸੁੱਕ ਜਾਣਗੇ ਨਾਲੇ ਇਹ ਪਾਣੀ ਪੂਣੀ ਜਾ ਅਤੇ ਦਿਖਾਵਾਂਗੇ ਮੈਲ ਬਈ ਇਹ ਤਾਂ ਵੇਖੋ ਰੇਤਾ ਹੀ ਰੇਤਾ ਨਿਕਲਿਆ ਇਹਦੇ ਵਿੱਚੋਂ ਇਹਦੇ 'ਚੋਂ ਬਾਹਲਾ ਨਿਕਲਿਆ ਅੱਗੇ ਦਿਖਾਵਾਂਗੇ ਤੁਹਾਨੂੰ ਓਕੇ ਲੈ ਵੀ ਮਿੱਤਰੋ ਇਹ ਆਪਣਾ ਦੂਜਾ ਦਿਨ ਕਾਰ ਵਾਸ਼ਿੰਗ ਦਾ ਸੀਟਾਂ ਸੁੱਟਾਂ ਆਪਾਂ ਵਾਸ਼ ਕਰਕੇ ਧਰਤੀਆਂ ਸੀਗੀਆਂ ਇੱਥੇ ਨਹੀਂ ਹੁਣ ਆਪਾਂ ਵਿੱਚੋਂ ਵਾਸ਼ ਕਰਦੇ ਇਹਨੂੰ ਵਿੱਚੋਂ ਹੁਣ ਤਾਂ ਪਾਣੀ ਨਾਲ ਹੀ ਕਰ ਦਾਂਗੇ ਸੁਰਾਖ ਜੇ ਹੈਗੇ ਇਹਦੇ ਇੱਕ ਬਈ ਆਪਾਂ ਨੇ ਕੀ ਜਗਾੜ ਆਹ ਲੱਗੀ ਯਾਰ ਅਤੇ ਨਵੀਂ ਲਿਆ ਕੇ ਵਿਛਾਗੇ ਕਿ ਲੋੜ ਹੀ ਨਹੀਂ ਦੱਸ ਦੱਸਿਓ ਜ਼ਰੂਰ ਤੁਸੀਂ ਗੰਦ ਗੁੰਦ ਜਿਹਾ ਕੱਢਦੇ ਹਾਂ ਪਹਿਲਾਂ ਆਪਾਂ ਬਲੋਰ ਨਾਲ ਹੀ ਕੱਢਾਂਗੇ ਬਈ ਬਾਅਦ 'ਚ ਇਹ ਗੰਦ ਜਿਹਾ ਨਿਕਲਦਾ ਨਹੀਂ ਚੱਜ ਨਾਲ ਸੁਰਾਖ ਛੋਟੇ ਆ ਜਿਵੇਂ ਲੈ ਰਿਹਾ ਸੀਟਾਂ ਵਾਲੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਓਕੇ ਲਾ ਵੀ ਮਿੱਤਰੋ ਗੱਡੀ ਤਾਂ ਆਪਾਂ ਵਾਸ਼ ਕਰਤੀ ਵਿੱਚੋਂ ਕਰੋ ਚੈੱਕ ਉਹ ਤਾਂ ਬਈ ਗੁੱਦ ਜਿਹੀ ਲੱਗੀ ਆ ਉਹ ਤਾਂ ਇਗਨੋਰ ਕਰਿਓ ਚਲੋ ਆਪਾਂ ਕਰਦੇ ਹਾਂ ਜੀ ਉਹ ਹਵਾ ਮਾਰਦੇ ਹਾਂ ਵਿੱਚ ਇਹਦੇ ਉਦੋਂ ਬਾਅਦ ਇਹਦੀ ਫਿਟਿੰਗ ਕਰਦੇ ਹਾਂ ਸਾਰੀ ਦੀ ਊਂ ਸਾਫ਼ ਹੋ ਗਈ ਵੀਰੇ ਸਾਰੀ ਊਂ ਮਾੜਾ ਮੋਟਾ ਰੇਤਾ ਤਾਂ ਰਹੂਗਾ ਹੁਣ ਇੰਨਾ ਨਿਕਲਦਾ ਵੀ ਨਹੀਂ ਇਹਦੇ ਸੁਰਾਖ ਹੈ ਨਹੀਂ ਗਾ ਦੋ ਦੋ ਸੁਰਾਖ ਉਹ ਮਾੜੇ ਮਾੜੇ ਰਹਿ ਜਾਂਦੇ ਆ ਚਲੋ ਬਾਹਰੋਂ ਆਪਾਂ ਬਾਅਦ 'ਚ ਧੋ ਦਾਂਗੇ ਦਿਖਾਉਂਦੇ ਤੈਨੂੰ ਅੱਗੇ ਲਾ ਵੀ ਮਿੱਤਰੋ ਮੈਟ ਆਪਾਂ ਵਿਛਾਤਾ ਸੀ ਕਰੋ ਚੈੱਕ ਆਹ ਵੀ ਕਸਤੇ ਸੀ ਦਿਖਾਉਂਦੇ ਚਲੋ ਅੱਗੇ ਤੁਹਾਨੂੰ ਕੀ ਕਰਦੇ ਹਾਂ ਆਪਾਂ ਆਹ ਧੋਨੇ ਪਾਰਟਸ ਜਿਹੜੇ ਆਪਣੇ ਆਏ ਹੁੰਦੇ ਆ ਬਾਰੀਆਂ ਬੂਰੀਆਂ ਵਾਲੇ ਇਹ ਧੋ ਕੇ ਮਿਲਦੇ ਹਾਂ ਲਾ ਵੀ ਮਿੱਤਰੋ ਸੀਟਾਂ ਆਪਾਂ ਫਿੱਟ ਕਰਤੀਆਂ ਕਰੋ ਚੱਕ ਹੁਣ ਆਪਣੀ ਰਾਣੀ ਪੋਲਿਸ਼ ਰਹਿ ਗਈ ਮਾਰਨ ਵਾਲੀ ਆਪਣੀ ਗੇਰਾਂ ਗੁਰਾਂ ਵਾਲੇ ਟਾਪੇ 'ਤੇ ਮਾਰਤੀ ਇੱਥੋਂ ਵੀ ਕਰੋ ਚੱਕ ਬਣ ਗਈ ਨਵੀਂ ਇੱਥੇ ਫੱਟਾ ਲਵਾਵਾਂਗੇ ਇਗਨੋਰ ਕਰਿਓ ਆਹ ਚਾਦਰ ਨੂੰ ਵਢਾ ਦਾਂਗੇ ਇੱਥੇ ਤੀਕਰ ਅਤੇ ਇੱਥੇ ਫੱਟਾ ਲੱਕੜ ਦਾ ਰੱਖ ਕੇ ਉੱਤੇ ਆਪਾਂ ਲੈਦਰ ਚੜਵਾ ਦਾਂਗੇ ਇਹ ਥੋੜ੍ਹਾ ਜਿਹਾ ਬਈ ਇੱਥੇ ਫਿਰ ਮਸ਼ੀਨ ਦੇ ਟਾਇਰ ਟੂਰ ਜਿਹੇ ਰੱਖ ਦਿੰਦੇ ਸੀ ਕਰੋ ਚੈੱਕ ਬਣ ਗਈ ਨਵੀਂ ਪੋਲਿਸ਼ ਮਾਰਦੇ ਹੁਣ ਵਿੱਚ ਆਪਾਂ ਸਾਰੇ ਦੇ ਇੰਟੀਰੀਅਰ 'ਤੇ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਲੈ ਵੀ ਮਿੱਤਰੋ ਕਰਤਾ ਸੀ ਆਪਾਂ ਕੰਮ ਡਨ ਸਾਰਾ ਕੁਛ ਕਿਵੇਂ ਬਣ ਗਈ ਹੁਣ
ਬਾਈ ਕੋਕਾ ਪੀਸ ਬਣ ਗਈ ਯਾਰ, ਬਣ ਗਈ ਨਾ ਨਵੀਂ, ਜਮਾ ਨਵੇਂ ਆ ਗਏ ਤੇ ਹੁਣ ਸੀਟ ਕਵਰ ਰਹਿ ਗਏ ਇਕੱਲੇ, ਉਹ ਨਵੇਂ ਪਵਾ ਦਾਂਗੇ ਆਪਾਂ। ਬਾਹਰੋਂ ਰਹਿ ਗਈ, ਹੁਣ ਬਾਹਰੋਂ ਧੋ ਧੋ ਦਾਂਗੇ ਕਿਸੇ ਦਿਨ।